ਕਣਕ ਦੀ ਖਰੀਦ ਦਾ ਭਾਰ ਕੇਂਦਰੀ ਖਰੀਦ ਏਜੰਸੀ FCI ਤੇ ਪਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਜਿੱਥੇ ਕਿਸਾਨ ਯੂਨੀਅਨਾਂ ਵੱਲੋਂ ਖੁੱਲ੍ਹੀ ਵਿਰੋਧਤਾ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਇਸ ਮਾਮਲੇ ਤੇ ਪੰਜਾਬ ਸਰਕਾਰ ਦੀ ਭਰੋੜਤਾ ਕਰਦੇ ਨਜ਼ਰ ਆ ਰਹੇ ਨੇ। ਉਨ੍ਹਾਂ ਕਿਹਾ ਕਿ ਕੇਂਦਰੀ ਖਰੀਦ ਏਜੰਸੀ FCI ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸਿੱਧੂ ਦੀ ਮੰਨੀਏ ਤਾਂ ਪੰਜਾਬ ਵਿੱਚ ਅਨਾਜ ਭੰਡਾਰਨ ਇੱਕ ਵੱਡੀ ਸਮੱਸਿਆ ਬਣ ਕੇ ਉਭਰਿਆ, ਜਿਸ ਕਾਰਨ ਕਣਕ ਦੀ ਸਿੱਧੀ ਖਰੀਦ ਲਈ FCI ਨੂੰ ਕਿਹਾ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਜਿਹੜੀ FCI ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ, ਜਿਹੜਾ ਅਨਾਜ ਭੰਡਾਰ ਸੀਗਾ ਉਹਨੂੰ ਪੰਜਾਬ ਸਰਕਾਰ ਜਾਂ ਸੂਬੇ ਸਰਕਾਰਾਂ ਵੱਲੋਂ ਸੰਭਾਲਣਾ ਬਹੁਤ ਮੁਸ਼ਕਲ ਦਾ ਕੰਮ ਹੈ। ਜੇਕਰ ਉਹਨੂੰ ਅਸੀਂ ਗਡਾਊਨ ਪਾਉਂਦੇ ਵੀ ਹੈਗੇ ਹਾਂ ਜਾਂ ਅਸੀਂ ਓਪਨ ਕਰਾਉਣਾ ਗਡਾਊਨ 'ਚ ਰੱਖਦੇ ਹੈਗੇ ਹਾਂ, ਤਾਂ ਜਦੋਂ ਮਾਲ ਉੱਥੋਂ ਅੱਗੇ ਲਿਫਟਿੰਗ ਹੁੰਦੀ ਹੈ ਤਾਂ ਉਹ 'ਚ ਕਾਫੀ ਮਾਲ ਦੇ 'ਚ ਨੁਕਸਾਨ ਹੋ ਜਾਂਦਾ ਹੈ, ਤਾਂ ਉਹ ਜਿਹੜਾ ਉਹ FCI ਵਾਲੇ ਉਹਦੀ ਪੈਨਲਟੀ ਸਾਰੀ ਸਟੇਟ ਗੌਰਮੈਂਟ 'ਤੇ ਫਿਕਸ ਕਰ ਦਿੰਦੇ ਨੇ ਰਿਸਪੋਂਸਿਬਿਲਟੀ। ਲੇਕਿਨ ਇਸ ਗੱਲ ਨੂੰ ਮੱਦੇ ਰੱਖਦਾ ਵੀ ਜਿਹੜੀਆਂ ਸਾਡੀਆਂ ਏਜੰਸੀਆਂ ਨੇ ਉਹਨੂੰ ਬਹੁਤ ਵੱਡਾ ਲੋਸ ਹੁੰਦਾ, ਅਤੇ ਤਾਂ ਕਰਕੇ ਜਿਹੜਾ ਸੀ ਸੈਂਟਰ ਗੌਰਮੈਂਟ ਦਾ ਡਿਊਟੀ ਬਣਦੀ ਹੈ ਨਾ ਕਿ ਪੰਜਾਬ ਗੌਰਮੈਂਟ ਦੀ ਬਣਦੀ ਹੈ।